ਸੈਰ ਕਰਨ ਗਏ ਸ਼ਖਸ ਦਾ ਕਤਲ ਕਰ ਦਿੱਤਾ ਏ ਗੋਲੀਆਂ ਮਾਰ ਕੇ। ਦਿਨ ਦਿਹਾੜੇ ਤੜਕਸਾਰ ਕਤਲ। ਕੀ ਹੁਣ ਸੈਰ ਕਰਨ ਵੀ ਲੋਕ ਅਸਲਾ ਲੈ ਕੇ ਨਿਕਲਣ ਜਾਂ ਫਿਰ ਬੁਲਟ ਪਰੂਫ ਜੈਕਟਾਂ ਪਾਉਣ? ਤੁਸੀਂ ਆਪ ਹੀ ਕਮੈਂਟ ਕਰਕੇ ਦੱਸੋ। ਬੇਹੱਦ ਹੀ ਸ਼ਰਮਨਾਕ ਅਤੇ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇੱਕ ਸ਼ਖਸ ਆਪਣੇ ਘਰੋਂ ਸਵੇਰ ਦੀ ਸੈਰ ਕਰਨ ਤੜਕਸਾਰ ਘਰੋਂ ਬਾਹਰ ਨਿਕਲਦਾ ਏ ਅਤੇ ਉਸਦਾ ਪਾਰਕ ਦੇ ਨੇੜੇ ਕਤਲ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਪਿੰਡ ਧੀਰਕੋਟ ਵਿਖੇ ਇਹ ਵਾਰਦਾਤ ਹੋਈ ਹੈ। ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਏ। ਮ੍ਰਿਤਕ ਵਿਅਕਤੀ ਦਾ ਨਾਮ ਸੁਖਦੇਵ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਤੜਕਸਾਰ ਉੱਠ ਕੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਗਿਆ ਸੀ। ਤਾਂ ਜ਼ਾਹਿਰ ਹੈ ਕਿ ਹਮਲਾ ਕਰਨ ਵਾਲਿਆਂ ਨੇ ਪਹਿਲਾਂ ਰੇਕੀ ਵੀ ਜ਼ਰੂਰ ਕੀਤੀ ਹੋਣੀ ਹੈ। ਅਣਪਛਾਤਿਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ। ਹੁਣ ਤੱਕ ਜਿਹੜੇ ਕਾਤਲ ਨੇ ਉਹਨਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਚੋਣ ਜ਼ਾਬਤਾ ਤੋਂ ਬਾਅਦ ਲਗਾਤਾਰ ਇਸ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਨੇ, ਪਰ ਫਿਰ ਵੀ ਦੇਖੋ ਤੁਸੀਂ ਕਿਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ। ਤੜਾਤੜ ਗੋਲੀਆਂ ਚੱਲ ਰਹੀਆਂ ਨੇ ਸ਼ਹਿਰ ਦੇ ਵਿੱਚ, ਉਹ ਵੀ ਦਿਨ ਦਿਹਾੜੇ। 47 ਸਾਲਾਂ ਦਾ ਸੁਖਦੇਵ ਸਿੰਘ, ਜੋ ਕਿ ਸੈਰ ਕਰਨ ਨਿਕਲਿਆ ਸੀ 3 ਵਜੇ ਬੰਬੀ 'ਤੇ ਗਿਆ ਆਪਣੇ ਖੇਤਾਂ ਦੀ, ਤਾਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸਦਾ ਕਤਲ ਕਰ ਦਿੱਤਾ ਗਿਆ ਏ। ਆਓ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ, ਕਿੰਨੇ ਵਜੇ ਖੇਤਾਂ ਦੇ ਵਿੱਚੋਂ ਲਾਸ਼ ਮਿਲੀ ਹੈ ਸੁਖਦੇਵ ਸਿੰਘ ਦੀ, ਅਤੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜਾਣਦੇ। ਭਾਈ ਲਾਸ਼ ਦੀ ਹਾਲਤ ਤਾਂ ਦੇਖੀ ਨਹੀਂ ਜਾਂਦੀ ਕਿ ਮਤਲਬ ਕਿ ਉਹਦੀ ਜਿੰਨੀ ਜਿਹੜੀ ਖੋਪੜੀ ਹੈ ਨਾ ਸਾਰੀ ਮਤਲਬ ਕਿ ਉਹ ਕੁੱਤਿਆਂ ਨੇ ਖਾਧੀ ਸੀ। ਅੱਖਾਂ ਤੱਕ ਨਹੀਂ ਹੈਗੀਆਂ, ਹੱਡੀਆਂ ਇਕੱਲੀਆਂ ਰਹਿ ਗਈਆਂ, ਇਕੱਲਾ ਕੰਗਾਲ। ਆ ਧੋਣ ਤੱਕ ਉਹਦੀ ਸਾਰੀ ਖੋਪੜੀ ਐਂ ਸਾਰੀ ਇੱਥੇ ਤੱਕ ਖਾਧੀ ਪਈ ਸੀ। ਹਾਂਜੀ, ਮਤਲਬ ਕਿ ਪਛਾਣ ਨਹੀਂ ਪਤਾ, ਮਤਲਬ ਕਿ ਦੂਸਰਾ ਸਕਦਾ ਕਿ ਮਤਲਬ ਕਿ ਉਹੀ ਆ ਅਤੇ ਹਾਂ ਕੱਪੜਿਆਂ ਤੋਂ ਪਛਾਣ ਹੋਈ ਆ। ਬਾਕੀ ਚਲੋ ਉਦਾਂ ਪਤਾ ਲੱਗ ਹੀ ਜਾਂਦਾ ਮਤਲਬ ਕਿ ਸਾਡਾ ਬੰਦਾ ਵਾ। ਬਾਕੀ ਉਹਦੇ ਬਾਹਾਂ 'ਤੇ ਵੀ ਇੱਥੇ ਟੱਕ ਲੱਗੇ ਆ, ਹਾਂਜੀ, ਤੇਜ਼ਦਾਰ ਹਥਿਆਰਾਂ 'ਤੇ। ਅਤੇ ਖੋਪੜੀ ਜਿਹੜੀ ਆ ਉਹ ਤਾਂ ਮਤਲਬ ਕਿ ਇਕੱਲੀਆਂ ਹੱਡੀਆਂ ਰਹਿ ਗਈਆਂ, ਕਗਾਲ ਹੀ ਰਹਿ ਗਿਆ, ਹੋਰ ਕੱਖ ਨਹੀਂ ਹੈਗਾ ਵਿੱਚ। ਗੋਲੀ ਗਾਲੀ ਦਾ ਨਿਸ਼ਾਨ ਉਹ ਜਦੋਂ ਇਹਦੇ ਵਿੱਚ ਕੁਛ ਭਾਜੀ ਰਹਿ ਨਹੀਂ ਗਿਆ, ਕੁੱਤਿਆਂ ਨੇ ਮਤਲਬ ਕਿ ਖੋਪੜੀ ਖਾਧੀ ਇਹਦੀ ਸਾਰੀ, ਕਿਉਂਕਿ ਇੱਥੇ ਲਾਗੇ ਹੀ ਆਪਣੇ ਆ ਕਿੱਲਾ ਹਡਵਾਂ ਹੱਡਾ ਰੋੜਾ ਵਾ, ਅਤੇ ਤੁਹਾਨੂੰ ਪਤਾ ਵਾ ਕਿ ਜਦੋਂ ਕੁੱਤਿਆਂ ਨੂੰ ਸਮੈਲ ਆਉਂਦੀ ਖੂਨ ਦੀ ਉਹ ਆਪ ਭੱਜੇ ਆਉਂਦੇ ਆ ਕਿ ਨਹੀਂ। ਅਤੇ ਉਹ ਉਹਨਾਂ ਨੇ ਫਿਰ ਮਤਲਬ ਕਿ ਜਿਹੜੀ ਇਹਦੀ ਸਾਰੀ ਮਤਲਬ ਖੋਪੜੀ ਖਾ ਲਈ, ਅਤੇ ਮਤਲਬ ਕਿ ਉਹ ਬਹੁਤ ਬੁਰੀ ਤਰ੍ਹਾਂ ਮਤਲਬ ਕਿ ਹਾਲਾਤ ਦੇ ਵਿੱਚ ਸੀ ਜਦੋਂ ਇੱਥੋਂ ਖੜਿਆ ਉਹਨੂੰ। ਜਿੱਥੇ ਤੁਸੀਂ ਆਏ ਜਦੋਂ ਮੌਕੇ 'ਤੇ ਇੱਥੇ ਦੇਖੀ ਆ ਕੇ ਲਾਸ਼? ਨਹੀਂ, ਮੈਂ ਨਾ ਜਸਟ ਘਰੇ ਗਿਆ ਹਾਂ, ਘਰੇ ਪਾ ਲੱਗਾ। ਇੱਥੋਂ ਮਤਲਬ ਕਿ ਤਾਇਆ ਜੀ ਅਤੇ ਆਪਣਾ ਉਹਨਾਂ ਦਾ ਬ੍ਰਦਰ ਵਿਜੇਦਰ ਸਿੰਘ ਇੱਥੋਂ ਲੈ ਗਏ ਸੀ ਘਰੇ, ਅਤੇ ਘਰੇ ਜਾ ਕੇ ਅਸੀਂ ਜਦੋਂ ਦੇਖਿਆ ਅਤੇ ਲਾਸ਼ ਦੇਖਣ ਯੋਗ ਨਹੀਂ ਹੈਗੀ। ਮ੍ਰਿਤਕ ਦਾ ਨਾਂ ਕੀ ਇਹਨਾਂ ਦਾ? ਇਹ ਆਪਣਾ ਸੁਖਦੇਵ ਸਿੰਘ ਲਾਡੀ। ਲਾਡੀ ਕਿੰਨੇ ਆਏ? ਇਹ 2 ਬ੍ਰਦਰ ਹੈ ਜੀ। ਹਾਂਜੀ, ਆਏ ਸਵੇਰੇ ਮੁਲਾਜ਼ਮ ਆਏ, ਉਹਨਾਂ ਨੇ ਆਪਣਾ ਮਤਲਬ ਕਿ ਚਲੋ ਇੱਥੇ ਵੀ ਆਣ ਕੇ ਉਹਨਾਂ ਨੇ ਜੋ ਵੀ ਇੱਥੋਂ ਉਹਨਾਂ ਨੇ ਕੋਈ ਪਰੂਫ ਲੈਣੇ ਜਾਂ ਕੁਝ ਨਿੱਕੀਆਂ ਮੋਟੀਆਂ ਚੀਜ਼ਾਂ ਉਹਨਾਂ ਵੀ ਚਲੋ ਇੱਥੋਂ ਲਈਆਂ ਆਣ ਕੇ, ਅਤੇ ਚਲੋ ਘਰੇ ਵੀ ਗਏ ਆ। ਘਰੇ ਵੀ ਉਹਨਾਂ ਸਾਰਾ ਮਤਲਬ ਕਿ ਆਪਣਾ ਭਾਬੀ ਜੀ ਦੀ ਵੀ ਉਹਨਾਂ ਨੇ ਮਤਲਬ ਕਿ ਜੋ ਵੀ ਆ ਮਤਲਬ ਕਿ ਉਹਨਾਂ ਨਾਲ ਹੋਇਆ ਜਾਂ ਫੋਨ 'ਤੇ ਸੱਦਿਆ ਕੁਝ ਵੀ ਆ ਉਹਨਾਂ ਸਾਰਾ ਕੁਝ ਲਿਖਿਆ। ਹਾਂਜੀ, ਪੁੱਛਗਿੱਛ ਕੀਤੀ, ਇਨਵੈਸਟੀਗੇਸ਼ਨ ਹੋ ਰਹੀ ਆ, ਅਤੇ ਚਲੋ ਬਾਕੀ ਸਾਨੂੰ ਆਸ ਆ ਪੁਲਿਸ ਪ੍ਰਸ਼ਾਸਨ ਦੇ ਕੇ ਜਲਦੀ ਹੀ ਮਤਲਬ ਕਿ ਇਸ ਚੀਜ਼ ਦਾ ਪਤਾ ਲੱਗੇ। ਕਾਰਨਾਂ ਦਾ ਨਹੀਂ ਕੋਈ ਪਤਾ ਲੱਗਾ ਜੀ। ਸਵੇਰੇ ਉਹ ਘਰੋਂ ਉੱਠਿਆ ਵਾ ਅਤੇ ਮੋਟਰ 'ਤੇ ਗਿਆ ਸੀ ਆਪਣੀ 'ਤੇ ਜੀ, ਫਿਰ 3:30 ਵਜੇ ਘਰੋਂ ਨਿਕਲਿਆ ਵਾ, ਜਦੋਂ 6 ਵਜੇ ਤੱਕ ਘਰ ਵਾਪਸ ਨਹੀਂ ਆਇਆ, ਅਤੇ ਘਰਦਿਆਂ ਨੇ ਫਿਰ ਉਹਦੀ ਜਦੋਂ ਭਾਲ ਸ਼ੁਰੂ ਕੀਤੀ ਵੀ ਕੀ ਗੱਲ ਵਾਪਸ ਨਹੀਂ ਆਇਆ, ਚਲੋ ਮੋਟਰ 'ਤੇ ਵੇਖ ਕੇ ਆਉਂਦੇ ਜਾਂ ਇੱਧਰ ਉੱਧਰ ਵੇਖਿਆ, ਉੱਥੇ ਫਿਰ ਇਹਦੀ ਡੈੱਡ ਬੋਡੀ ਜਿਹੜੀ ਹੈ ਮੋਟਰ ਤੋਂ ਇਹਨਾਂ ਨੂੰ ਬਰਾਮਦ ਹੋਈ। ਮੋਟਰ ਤੋਂ? ਹਾਂਜੀ। ਕੀ ਕੋਈ ਤੇਜ਼ ਹਥਿਆਰਾਂ ਨਾਲ ਕੀਤਾ ਗਿਆ ਜਾਂ ਕੀ ਕਰਨਾ?
ਉਹਦੇ ਬਾਰੇ ਕੁਛ ਪੁਖਤਾ ਨਹੀਂ ਕਹਿ ਸਕਦੇ ਕਿਉਂਕਿ ਉਹ ਚਿਹਰਾ ਕਾਫੀ ਖਰਾਬ ਹੋ ਗਿਆ ਵਾ। ਉੱਥੇ ਨੇੜੇ ਇੱਕ ਸਾਡੇ ਹੱਡੋ ਰੋੜਾ ਵੀ ਹੈਗਾ ਵਾ, ਇਹ ਵੀ ਸਾਨੂੰ ਲੱਗਦਾ ਵੀ ਸ਼ਾਇਦ ਕੁੱਤਿਆਂ ਕੱਤਿਆਂ ਨੇ ਵੀ ਕੁਛ ਖਰਾਬ ਕੀਤਾ ਚਿਹਰਾ ਉਹਦਾ। ਅਤੇ ਜਿਹੜਾ ਉਹਦਾ ਕਤਲ ਆ ਉਹ ਤੇਜ਼ ਧਾਰ ਹਥਿਆਰਾਂ ਨਾਲ ਜਾਂ ਕੋਈ ਗੰਨ ਦੇ ਨਾਲ ਹੋਇਆ, ਉਹ ਪੱਕਾ ਨਹੀਂ ਸਾਨੂੰ ਅਜੇ, ਆਪ ਨੂੰ ਵੀ ਸਾਨੂੰ ਸਪਸ਼ਟ ਨਹੀਂ ਕਨਫਰਮ ਨਹੀਂ ਗਾ। ਹਾਂਜੀ, ਕੀ ਮਤਲਬ ਮੈਸੇਜ ਦੇਣਾ ਚਾਹੋਗੇ ਤੁਸੀਂ? ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ? ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਅਸੀਂ ਦਰਜ ਕਰਵਾ ਦਿੱਤੀ ਸੀਗੀ, ਉਹ ਮੌਕੇ 'ਤੇ ਆ ਕੇ ਤਫਤੀਸ਼ ਕੀਤੀ ਆ, ਉਹਨਾਂ ਨੇ ਅਗਲੀ ਕਾਰਵਾਈ ਉਹਨਾਂ ਨੇ ਸ਼ੁਰੂ ਕੀਤੀ ਆ, ਕਹਿੰਦੇ ਜਲਦੀ ਕੋਈ ਨਿਰਣਾ ਜਿਹੜਾ ਅਸੀਂ ਲਿਆਵਾਂਗੇ ਸਾਹਮਣੇ ਇਹਦਾ ਕੀ ਕਾਰਨ ਰਿਹਾ ਵਾ।